ਜਿਹੜੇ ਕੇਂਦਰ ਦੇ ਵਿੱਚ ਬੈਠ ਕੇ ਗੱਲ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਕੋਈ ਲਹਿਰ ਨਹੀਂ ਹੈ, ਕੋਈ ਖਾਲਿਸਤਾਨ ਦੀ ਗੱਲ ਨਹੀਂ ਕਰਦਾ, ਉਹਨਾਂ ਨੂੰ ਤੁਹਾਡੇ ਰਾਹੀਂ ਇਹ ਮਾਰਚ ਦੱਸ ਦੇਗਾ ਕਿ ਖਾਲਿਸਤਾਨ ਦੀ ਗੱਲ ਪੰਜਾਬ ਦੇ ਹਰ ਸਿੱਖ ਦੇ ਮਨ ਵਿੱਚ ਉਕਰਿਆ ਹੋਇਆ, ਇਹ ਵਿਚਾਰਧਾਰਾ ਸਾਡੇ ਅੰਦਰ ਹੈ, ਮਹਿਫੂਜ਼ ਹੈ, ਸੁਰੱਖਿਅਤ ਹੈ, ਔਰ ਜਿਹੜਾ ਪੰਜਾਬ ਦਾ ਜਿਹੜਾ ਸਿੱਖ ਨੌਜਵਾਨ ਹੈ ਅੱਜ ਸੜਕਾਂ 'ਤੇ ਉਤਰ ਕੇ ਆਪਣਾ ਮੈਸੇਜ ਦੇ ਰਿਹਾ ਕਿ ਅਸੀਂ ਇਹਨਾਂ ਸ਼ਹੀਦਾਂ ਦੇ ਨਾਲ ਖੜ੍ਹੇ ਹਾਂ, ਔਰ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਨੇ, ਜੂਝ ਕੇ ਸ਼ਹੀਦ ਹੋਏ ਨੇ, ਉਹਨਾਂ 'ਤੇ ਸਾਨੂੰ ਮਾਣ ਹੈ। ਇਹ ਪੰਜਾਬ ਲਈ ਅਤੇ ਨੌਜਵਾਨ ਸਿੱਖਾਂ ਲਈ ਉਹ ਜਾਂ ਆਪਾਂ ਕਹਿ ਲਈਏ ਪੰਜਾਬ ਦੇ ਹਿੱਤਾਂ ਦੀ ਗੱਲ ਉਹੀ ਸਰਕਾਰ ਕਰ ਸਕਦੀ ਹੈਗੀ ਜਿਹੜੀ ਕਿ ਦਿੱਲੀ ਦੇ ਕਹਿਣੇ 'ਚ ਨਹੀਂ ਚੱਲੂਗੀ। ਜੇ ਸਰਕਾਰ ਦਿੱਲੀ ਦੇ ਕਹਿਣੇ 'ਚ ਚੱਲੂਗੀ ਉਸ ਤੋਂ ਆਪਾਂ ਕਦੇ ਵੀ ਪੰਜਾਬ ਪ੍ਰਤੀ ਜਾਂ ਸਿੱਖ ਕੌਮ ਪ੍ਰਤੀ ਪੰਥ ਪ੍ਰਤੀ ਆਪਾਂ ਨਹੀਂ ਕੋਈ ਆਸ ਰੱਖ ਸਕਦੇ ਗੇ। ਇਹ ਜਿਹੜਾ ਸਿਰਫ ਜਿਹੜਾ ਸੰਘਰਸ਼ ਹੈ ਇਹਨੂੰ ਸਿਰਫ ਇੱਥੇ ਤੱਕ ਨਹੀਂ ਵੇਖਿਆ ਜਾ ਸਕਦਾ ਕਿ ਇੰਡੀਅਨ ਆਰਮੀ ਆ ਕੇ ਦਰਬਾਰ ਸਾਹਿਬ ਦੇ ਵਿੱਚ ਚੜ੍ਹੀ ਆ। ਇਹ ਅਸਲ ਦੇ ਵਿੱਚ ਜਿਹੜੀ ਸਾਡੀ ਪੋਲੀਟੀਕਲ ਥੌਟ ਆ, ਜਿਹੜਾ ਸਾਡਾ ਆਜ਼ਾਦੀ ਦਾ ਸੰਕਲਪ ਆ, ਉਹਨੂੰ ਮਾਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਸੀ।